ਹਾਂਜੀ ਗੁੱਡ ਮਾਰਨਿੰਗ एवरीवन ਅੱਜ ਆਪਾਂ ਗੱਲ ਕਰਾਂਗੇ ਹੈੱਡ ਕਨਸਟੇਬਲ ਦੇ ਜਾਂ ਜਿਹੜੇ ਕਨਸਟੇਬਲ ਦੇ ਪੇਪਰ ਹੋਣਗੇ ਉਹਨਾਂ ਬਾਰੇ ਕੁਝ ਜਿਹੜੀਆਂ ਜ਼ਰੂਰੀ ਗੱਲਾਂ ਨੇ ਉਹਨਾਂ ਬਾਰੇ ਗੱਲ ਕਰਾਂਗੇ ਕਿ ਪੇਪਰ ਦੇ ਵਿੱਚ ਕੀ ਆਏਗਾ ਪੇਪਰ ਦੀ 네ਗੇਟਿਵ ਮਾਰਕਿੰਗ ਕੀ ਹੋਏਗੀ ਸਿਲੈਕਸ਼ਨ ਪ੍ਰੋਸੀਜਰ ਕੀ ਹੋਏਗਾ ਕਿਉਂਕਿ ਕੁਝ ਬੱਚੇ ਕਹਿ ਰਹੇ ਸੀ ਕਿ 네ਗੇਟਿਵ ਮਾਰਕਿੰਗ ਨਹੀਂ ਹੈ ਅੱਜ ਆਪਾਂ ਉਹਨਾਂ ਨੂੰ ਦਿਖਾਵਾਂਗੇ ਨੋਟੀਫਿਕੇਸ਼ਨ ਤੋਂ ਹੀ ਕਿ 네ਗੇਟਿਵ ਮਾਰਕਿੰਗ ਹੈ ਨੋਟੀਫਿਕੇਸ਼ਨ ਦੇ ਵਿੱਚ ਲਿਖੀ ਹੋਈ ਹੈ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਦੱਸ ਰਹੇ ਹਾਂ ਕਿਹੜੀਆਂ হেড কনস্টেবল ਦੀਆਂ পোস্টਾਂ ਨੇ 787 পোস্ট ਆਈਆਂ ਸੀਗੀਆਂ ਇਹ ਹਾਂਜੀ ਹੁਣ ਆਪਾਂ ਦੇਖਦੇ ਹਾਂ ਇਹ ਸਿਲੈਕਸ਼ਨ ਪ੍ਰੋਸੀਜਰ ਕੀ ਹੈ ਇਹਦੇ ਵਿੱਚ ਕੰਪਿਊਟਰ ਬੇਸਡ ਟੈਸਟ ਹੋਏਗਾ ਦੋ ਪੇਪਰ ਹੋਣਗੇ ਮਲਟੀਪਲ ਚੁਆਇਸ ਕੁਐਸਚਨ ਦੇ ਆ ਇੱਕ ਪੇਪਰ 400 ਨੰਬਰ ਦਾ ਹੋਏਗਾ ਦੋ ਪੇਪਰ ਹੋਣਗੇ ਤਾਂ ਉਹ 800 ਨੰਬਰ ਦੇ ਹੋਣਗੇ ਹਾਂਜੀ ਇਹ ਕੰਪਿਊਟਰ ਬੇਸਡ ਟੈਸਟ ਹੈ ਜੀਦੇ ਵਿੱਚੋਂ ਜਿਹੜੀ ਜਰਨਲ ਨੌਲੇਜ ਉਹ 50 ਨੰਬਰਾਂ ਦੀ ਆਏਗੀ ਪਹਿਲਾ ਪੇਪਰ ਹੋਏਗਾ ਮਾਰਨਿੰਗ ਸ਼ਿਫਟ ਹੋਏਗੀ ਜਿਹੜੀ ਜਰਨਲ ਨੌਲੇਜ 50 ਨੰਬਰਾਂ ਦੀ ਆਏਗੀ ਅੱਗੇ ਕੁਆਂਟੀਟੇਟਿਵ ਐਬਿਟੀਟੀਊਡ ਆਇਆ ਜਾਂ ਮੈਥ ਹੈ ਉਹ 30 ਨੰਬਰ ਦਾ ਆਏਗਾ ਤੇ ਪੰਜਾਬੀ ਲੈਂਗੁਏਜ ਹੈ ਜਿਹੜੀ ਉਹ 20 ਮਾਰਕਸ ਦੀ ਆਏਗੀ ਇਹ 100 ਨੰਬਰ 100 ਨੰਬਰ ਦਾ ਪੇਪਰ ਹੈ ਤੇ 100 ਮਤਲਬ 100 ਨੰਬਰ ਦਾ ਪੇਪਰ ਨਹੀਂ ਸੌਰੀ 100 ਕੁਐਸਚਨ ਹੈ ਪੇਪਰ ਦੇ ਵਿੱਚ ਹਰੇਕ ਕੁਐਸਚਨ ਦਾ 4 ਨੰਬਰ ਮਿਲਣਗੇ ਤੁਹਾਨੂੰ ਤਾਂ ਇਹ 400 ਨੰਬਰ ਦਾ ਪੇਪਰ ਹੈ ਜਿਹੜਾ ਉਹ ਬਣ ਜਾਵੇਗਾ ਅਗੇੜਾ ਸੈਕੰਡ ਸ਼ਿਫਟ ਦਾ ਪੇਪਰ ਹੋਏਗਾ ਕਈ ਬੱਚਿਆਂ ਦਾ 1 ਕਿ ਦਿਨ ਚੋ ਪੇਪਰ ਨੇ ਤੇ ਕਈ ਬੱਚਿਆਂ ਦੇ 2 ਦਿਨ ਲਗਾਤਾਰ ਪੇਪਰ ਨੇਗੇ ਤਾਂ ਜਿਹੜਾ ਸੈਕੰਡ ਸ਼ਿਫਟ ਦਾ ਪੇਪਰ ਹੋਏਗਾ ਉਹ ਰੀਜ਼ਨਿੰਗ ਆਏਗੀ 50 ਮਾਰਕਸ ਦੀ ਤੇ ਕੰਪਿਊਟਰ ਆਏਗਾ 30 ਮਾਰਕਸ ਦਾ ਐਂਡ ਇੰਗਲਿਸ਼ ਆਏਗੀ 20 ਮਾਰਕਸ ਦੀ ਕਈ ਬੱਚੇ ਇਦਾਂ ਹੀ ਉਲਝੇ ਪਏ ਨੇ ਉਹ ਇੱਕ ਐਡਮਿਟ ਕਾਰਡ ਹੀ ਜਿਹੜੀ ਆਪਣੇ ਕੱਢ ਕੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਅਸੀਂ ਐਡਮਿਟ ਕਾਰਡ ਕੱਢ ਲਏ ਨੇ ਨਹੀਂ ਦੋ ਐਡਮਿਟ ਕਾਰਡ ਨਿਕਲਣਗੇ ਤੇ ਦੋ ਐਡਮਿਟ ਕਾਰਡ ਤੁਸੀਂ ਪ੍ਰਿੰਟ ਕਰਵਾ ਕੇ ਲੈ ਕੇ ਜਾਓਗੇ ਕਿਉਂਕਿ ਇਹਦੇ ਵਿੱਚ ਦੋ ਐਡਮਿਟ ਕਾਰਡ ਚੱਲਣਗੇ ਇੱਕ ਫਰਸਟ ਸ਼ਿਫਟ ਦੇ ਲਈ ਇੱਕ ਸੈਕੰਡ ਸ਼ਿਫਟ ਦੇ ਲਈ ਤੇ ਸਾਰੇ ਬੱਚਿਆਂ ਨੇ ਦੋ ਐਡਮਿਟ ਕਾਰਡ ਆੜੇ ਪ੍ਰਿੰਟ ਕਰਵਾਉਣੇ ਨੇ ਓਨਲੀ ਪੇਪਰ 1 ਨਹੀਂ ਹੋਏਗਾ ਪੇਪਰ 2 ਹੋਣਗੇ ਇਹਦੇ ਵਿੱਚ हां जी ਕਈ ਬੱਚਿਆਂ ਨੇ ਭੁਲੇਖਾ ਸੀ ਕਿ ਇਹਦੇ ਵਿੱਚ 네ਗੇਟਿਵ ਮਾਰਕਿੰਗ ਨਹੀਂ ਹੈਗੀ। हां जी ਤੁਹਾਡੇ ਲਿਖਿਆ ਪਿਆ ਅੱਗੇ 7.1 ਦੂਸਰੀ ਆਪਸ਼ਨ ਤੇ ਦੇਖੋ 네ਗੇਟਿਵ ਮਾਰਕਿੰਗ ਫਾਰ ਇਨਕੋਰੈਕਟ ਆਨਸਰ ਸ਼ੈਲ ਬੀ ਟੂ ਦਾ ਟਿਊਨ ਆਫ 25% ਆਫ ਦਾ ਮਾਰਕਸ। हां जी 25% ਜਿਹੜਾ ਇੱਕ ਕੁਐਸਚਨ ਦੀ 네ਗੇਟਿਵ ਮਾਰਕਿੰਗ ਹੋਏਗੀ ਜਿਵੇਂ ਇੱਕ ਕੁਐਸਚਨ ਹੈਡਾ ਉਹ 4 ਨੰਬਰ ਦਾ ਹੋਏਗਾ ਤਾਂ ਉਹਦੇ ਵਿੱਚ ਤੁਹਾਡਾ ਜੇ ਗਲਤ ਹੋ ਗਿਆ ਇੱਕ ਇਹ ਕਿਹੜਾ ਕੁਐਸਚਨ ਹੈ ਉਹ ਗਲਤ ਹੋ ਗਿਆ ਤਾਂ ਉਹਦੇ ਵਿੱਚੋਂ 1 ਨੰਬਰ ਕੱਟਿਆ ਜਾਏਗਾ ਜਿਹੜੇ ਆਦਰ ਪੇਪਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਜਿਹੜੀ ਕੀ ਹੁੰਦਾ ਜੇ ਆਪਾਂ 1 ਨੰਬਰ ਦਾ ਕੁਐਸਚਨ ਹੁੰਦਾ ਤਾਂ ਉਹਦੇ ਵਿੱਚੋਂ 0.25 ਨੰਬਰ ਕੱਟਿਆ ਜਾਂਦਾ ਇਹ ਤਾਂ 4 ਨੰਬਰ ਦਾ ਕੁਐਸਚਨ ਹੈ ਤਾਂ ਇਸ ਲਈ ਇਹਦੇ ਵਿੱਚੋਂ 1 ਨੰਬਰ ਕੱਟਿਆ ਜਾਏਗਾ ਹਾਂਜੀ ਇਹਦੇ ਵਿੱਚ ਇਹਨਾਂ ਨੂੰ ਮਿਨੀਮਮ ਨੰਬਰ ਲੈਣੇ ਨੇਗੇ ਉਹ ਜਿਹੜੇ ਆਦਰ ਸ਼ਡਿਊਲ ਕਾਸਟ ਵਗੈਰਾ ਨੇ ਕੀ ਹੈ ਇਕਨੋਮਿਕਲ ਵਿਕਰਣਾ 25% ਲੈਣੇ ਨੇ 800 ਦੇ ਵਿੱਚੋਂ ਐਂਡ ਜੋ ਦੂਸਰੇ ਆਦਰ ਕੈਟਾਗਰੀਜ਼ ਦੇਗੇ ਜਾਂ ਉਹਨਾਂ ਨੇ 30% ਮਾਰਕਸ ਲੈਣੇ ਨੇ 800 ਦੇ ਵਿੱਚੋਂ ਉਸ ਤੋਂ ਬਾਅਦ ਜੇ ਤੁਹਾਡਾ ਇਹ ਟ్రायल ਆ ਉਹ ਹੋਵੇਗਾ ਪਹਿਲਾਂ ਤੁਹਾਡਾ ਪੇਪਰ ਹੋਏਗਾ ਪੇਪਰ ਤੋਂ ਬਾਅਦ ਤੁਹਾਡੀ ਕੱਟਆਫ ਜਾਏਗੀ ਕੱਟਆਫ ਤੋਂ ਬਾਅਦ ਤੁਹਾਨੂੰ ਟ్రायल ਲਈ ਬੁਲਾਇਆ ਜਾਏਗਾ ਹਾਂਜੀ ਮੈਨੂੰ ਲੱਗਦਾ ਇਹਦੇ ਵਿੱਚੋਂ ਕਾਫੀ ਬੱਚਿਆਂ ਦੇ ਜਿਹੜੇ ਆਈ ਕੁਆਰੀ ਸਿਗੀਆਂ ਉਹ ਦੂਰ ਹੋ ਗਈਆਂ ਹੋਣਗੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਉਲਝਣ ਹੋ ਰਹੀ ਥੀ ਕਿ ਐਡਮਿਟ ਕਾਰਡ ਇੱਕ ਆਈ ਗਏ ਦੋ ਆਈ ਗਏ ਦੇ ਵਿੱਚ ਦੋ ਐਡਮਿਟ ਕਾਰਡ ਆਉਣਗੇ 네ਗੇਟਿਵ ਮਾਰਕਿੰਗ ਹੋਏਗੀ ਜਾਂ ਨਹੀਂ ਹੋਏਗੀ ਹਾਂਜੀ 네ਗੇਟਿਵ ਮਾਰਕਿੰਗ ਜ਼ਰੂਰ ਹੋਏਗੀ ਸਿਲੈਕਸ਼ਨ ਪ੍ਰੋਸੀਜਰ ਕੀ ਹੈ ਫਰਸਟ ਪੇਪਰ ਦੇ ਵਿੱਚ ਕਿਹੜੇ ਕਿਹੜੇ ਟਾਪਿਕ ਆਉਣਗੇ ਕਈ ਬੱਚਿਆਂ ਨੂੰ ਇਹ ਵੀ ਕਨਫਿਊਜ਼ਨ ਸੀ ਕਿ ਫਰਸਟ ਪੇਪਰ ਦੇ ਵਿੱਚ ਕਿਹੜੇ ਸਬਜੈਕਟ ਆਉਣਗੇ ਸੈਕੰਡ ਪੇਪਰ ਦੇ ਵਿੱਚ ਕਿਹੜੇ ਸਬਜੈਕਟ ਆਉਣਗੇ ਤਾਂ ਮੈਂ ਉਹ ਦੱਸ ਚੁੱਕੀ ਆ ਫਰਸਟ ਪੇਪਰ ਦੇ ਵਿੱਚ ਵੀ ਤਿੰਨ ਸਬਜੈਕਟ ਆਉਣਗੇ ਐਂਡ ਸੈਕੰਡ ਪੇਪਰ ਦੇ ਵਿੱਚ ਵੀ ਤਿੰਨ ਸਬਜੈਕਟ ਆਉਣਗੇ ਹਾਂਜੀ ਇਹ ਜਿਹੜਾ ਆਪਾਂ ਹੈੱਡ ਕਨਸਟੇਬਲ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਐਂਡ ਜੇ ਤੁਸੀਂ ਪੰਜਾਬ ਪੁਲਿਸ ਦੇ ਬਾਰੇ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਉਹ ਜ਼ਰੂਰ ਹੈ ਜਨਨ ਕਿ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ